ਅੱਜ ਦਾ ਜਿਹੜਾ ਮੇਰਾ ਇਹ ਸਨੇਹਾ ਉਹ ਖਾਸ ਕਰਕੇ ਸੁਖਬੀਰ ਬਾਦਲ ਲਈ ਹੈ ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹਨਾ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਤੁਹਾਡਾ ਜੋ ਹਸ਼ਰ ਹੋਇਆ ਕਦੀ ਉਹਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਹ ਲੋਕਾਂ ਦੀਆਂ ਬਾਦਸੀਸਾਂ ਦਾ ਅਸਰ ਹੈ ਔਰ ਉਹ ਬਾਦਸੀਸਾਂ ਅੱਜ ਵੀ ਤੁਸੀਂ ਲੋਕਾਂ ਦੇ ਦਿਲ ਦਿਖਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਕੇ ਲਗਾਤਾਰ ਉਹ ਬਾਦਸੀਸਾਂ ਲਈ ਜਾ ਰਹੇ ਹੋ ਜਿਹਦੀ ਇੱਕ ਮਿਸਾਲ ਮੈਂ ਸੁਖਬੀਰ ਬਾਦਲ ਤੇਰੇ ਨਾਲ ਸਾਂਝੀ ਕਰਨੀ ਚਾਹਨਾ ਕੱਲ ਮੈਂ ਇੱਕ ਪੀਸੀਐਸ ਅਫਸਰ ਕੋਲ ਗਿਆ ਅਮਰਸਰ ਜ਼ਿਲ੍ਹੇ ਦੇ ਵਿੱਚ ਉਹ ਲੱਗਾ ਔਰ ਪਹਿਲੀ ਵਾਰੀ ਸ਼ਾਇਦ ਉਹਦੀ ਤਨਾਤੀ ਅਮਰਸਰ ਦੇ ਵਿੱਚ ਹੋਈ ਉਹਨੇ ਮੈਨੂੰ ਦੱਸਿਆ ਕਿ ਮੇਰਾ ਬਹੁਤਾ ਜਿਹੜਾ ਸਮਾਂ ਉਹ ਮਾਲਵੇ ਦੇ ਵਿੱਚ ਨਿਕਲਿਆ ਔਰ ਸਾਰ ਪ੍ਰਕਾਸ਼ ਸਿੰਘ ਬਾਦਲ ਤੁਹਾਡੇ ਪਿਤਾ ਜੀ ਦੇ ਨਾਲ ਉਹਨੇ ਬਹੁਤ ਲੰਮਾ ਸਮਾਂ ਕੰਮ ਕੀਤਾ ਪੀਸੀਐਸ ਅਫਸਰ ਬਣਨ ਤੋਂ ਪਹਿਲਾਂ ਉਹ ਐਕਸ ਜਿਹੜਾ ਸਾਬਕਾ 에ਅਰ ਫੋਰਸ ਕਮਾਂਡਿੰਗ ਅਫਸਰ ਸੀਗਾ ਉਥੋਂ ਰਿਲੀਵ ਹੋ ਕੇ ਰਿਲੀਜ਼ ਹੋ ਕੇ ਤੇ ਉਹ ਪੀਸੀਐਸ ਅਫਸਰ ਬਣਿਆ ਜਦੋਂ ਮੈਂ ਉਹਦੇ ਦਫ਼ਤਰ ਗਿਆ ਤੇ ਉਹਦੇ ਦਫ਼ਤਰ ਦੇ ਵਿੱਚ ਬਾਣੀ ਮਤਲਬ ਉਹਨੇ ਆਪਣੇ ਕੰਪਿਊਟਰ ਦੇ ਉੱਤੇ ਲਾਈ ਹੋਈ ਸੀ ਲਗਾਤਾਰ ਬਾਣੀ ਜਿਹੜੀ ਚੱਲ ਰਹੀ ਸੀ ਉਹਨੇ ਮੇਰੇ ਨਾਲ ਇੱਕ ਗੱਲ ਸਾਂਝੀ ਕੀਤੀ ਕਹਿੰਦਾ ਮੇਰੀ ਪੋਸਟਿੰਗ ਸੀਗੀ ਭਾਰੀ ਆਗਰਾ ਦੇ ਵਿੱਚ ਮੈਂ ਤੇ ਮੇਰੀ ਵਾਈਫ ਅਸੀਂ ਜਿੱਥੇ ਰਹਿੰਦੇ ਸੀਗੇ ਜਿੱਥੇ ਸਾਡੀ ਰਹਿਸ਼ ਸੀਗੀ ਉਥੇ ਸਾਡੇ ਘਰ ਜਿਹੜਾ ਗੁਰਬਾਣੀ ਉਹ ਚੱਲਦੀ ਰਹਿੰਦੀ ਸੀ ਉੱਚੀ ਆਵਾਜ਼ ਦੇ ਵਿੱਚ ਜਾਂ ਪਾਠ ਲੱਗਾ ਹੁੰਦਾ ਸੀਗਾ ਜਾਂ ਕੀਰਤਨ ਲੱਗਾ ਹੁੰਦਾ ਸੀਗਾ ਤੇ ਉਹਦੀ ਆਵਾਜ਼ ਜਿਹੜੀ ਬਾਹਰ ਵੀ ਸੁਣਦੀ ਸੀਗੀ ਬਿਲਕੁਲ ਸਾਡੇ ਗਵਾਨ ਦੇ ਵਿੱਚ ਮੇਰਾ ਹਮ ਰਤਬਾ ਜਿਹੜਾ ਅਫਸਰ ਉਹ ਸਿੰਧੀ ਸੀਗਾ ਸਿੰਧਵਾਣੀ ਅਫਸਰ ਸੀਗਾ ਉਹ ਉਹ ਵੀ ਮੇਰੇ ਨਾਲ ਕਮਾਂਡਿੰਗ ਅਫਸਰ ਸੀਗਾ ਇੱਕ ਦਿਨ ਉਹਨੇ ਸੈਰ ਕਰਦੇ ਕਰਦੇ ਮੈਨੂੰ ਆਖਿਆ ਕਿ ਤੁਹਾਡੇ ਘਰ ਜਿਹੜਾ ਮਤਲਬ ਕੀਰਤਨ ਚੱਲਦਾ ਜਾਂ ਪਾਠ ਚੱਲਦਾ ਉਹ ਬਹੁਤ ਵਧੀਆ ਤੇ ਅਸੀਂ ਆਪਣੇ ਸੁਭਾਅ ਦੇ ਅਨਸਾਰ ਜਿਵੇਂ ਅਸੀਂ ਵੀ ਸੋਚ ਲੈਨੇ ਆ ਕੋਈ ਬੰਦਾ ਬਹੁਤ ਜ਼ਿਆਦਾ ਜਿਹੜਾ ਸਿਆਣਾ ਹੁੰਦਾ ਉਹਨੇ ਸੋਚਿਆ ਵੀ ਯਾਰ ਸ਼ਾਇਦ ਇਹਦਾ ਬਾਣੀ ਨਾਲ ਕੀ ਵਾਸਤਾ ਹੈ ਇਨੂੰ ਡਿਸਟਰਬੈਂਸ ਹੁੰਦੀ ਹੋਊਗੀ ਇਹਨੇ ਮੈਨੂੰ ਇਸ਼ਾਰੇ-ਇਸ਼ਾਰੇ ਦੇ ਵਿੱਚ ਕਿਹਾ ਵੀ ਸਾਡੇ ਕੰਨਾਂ 'ਚ ਆਵਾਜ਼ ਪੈਂਦੀ ਆ ਅਸੀਂ ਉਹਦਾ ਇਸ਼ਾਰਾ ਸਮਝ ਕੇ ਤੇ ਅਗਲੇ ਦਿਨ ਉਹਨੂੰ ਹੌਲੀ ਚਲਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਆਵਾਜ਼ ਜਿਹੜੀ ਬਾਹਰ ਨਾ ਜਾਵੇ ਕਈ ਦਿਨ ਇਦਾਂ ਹੀ ਚੱਲਦਾ ਰਿਹਾ ਫਿਰ ਇੱਕ ਦਿਨ ਕਹਿੰਦਾ ਕਈ ਦਿਨਾਂ ਬਾਅਦ ਉਹ ਮੈਨੂੰ ਮਿਲਿਆ ਔਰ ਉਹਨੇ ਮੈਨੂੰ ਕਿਹਾ ਅੱਗੋਂ ਕਿ ਤੁਹਾਡੇ ਘਰ ਜਿਹੜੀ ਗੁਰਬਾਣੀ ਚੱਲਦੀ ਸੀ ਜੋ ਕੀਰਤਨ ਚਲਦਾ ਥਾ ਉਹ ਆਜ ਕੱਲ ਉਸਦੀ ਆਵਾਜ਼ ਨਹੀਂ ਆਤੀ ਕੀ ਬਾਤ ਐ ਤੇ ਮੈਂ ਅੱਗੋਂ ਉਹਨੂੰ ਆਪਣੇ ਦਿਲ ਦੀ ਗੱਲ ਦੱਸੀ ਕਿ ਮੈਨੂੰ ਤੇ ਇਹ ਮਹਿਸੂਸ ਹੋਇਆ ਸੀਗਾ ਕਿ ਯਾਰ ਤੁਹਾਨੂੰ ਸ਼ਾਇਦ ਉਹ ਚੰਗੀ ਨਹੀਂ ਲੱਗਦੀ ਜਾਂ ਤੁਹਾਡੇ ਕੰਨਾਂ ਦੇ ਵਿੱਚ ਕੋਈ ਡਿਸਟਰਬੈਂਸ ਹੈ ਤੁਹਾਡੇ ਘਰ ਦੇ ਵਿੱਚ ਅਸੀਂ ਉਹਨੂੰ ਅੱਜਕੱਲ ਆਪਣੇ ਘਰ ਦੇ ਵਿੱਚ ਹੀ ਸੁਣਦੇ ਹਾਂ ਔਰ ਉੱਚੀ ਆਵਾਜ਼ ਦੇ ਵਿੱਚ ਲਾਉਂਦੇ ਨਹੀਂ ਤੇ ਅੱਗੋਂ ਜਿਹੜਾ ਸਿੰਦਵਾਨੀ ਸੀਗਾ ਉਹਨੇ ਜੋ ਉਹਨੂੰ ਕਿਹਾ ਕਹਿੰਦਾ ਮੈਨੂੰ ਫਿਰ ਸ਼ਰਮ ਬੜੀ ਆਈ ਉਹਦੀ ਗੱਲ ਸੁਣ ਕੇ ਉਹਨੇ ਅੱਗੋਂ ਕਿਹਾ ਕਿ ਤੁਹਾਡੀ ਪ੍ਰੋਬਲਮ ਹੀ ਇਹੀ ਹੈ ਕਿ ਤੁਸੀਂ ਸਿਰਫ ਗੁਰਨਾਨਕ ਨੂੰ ਆਪਣਾ ਹੀ ਗੁਰੂ ਮੰਨਦੇ ਹੋ ਕਿ ਉਹ ਸਾਡਾ ਨਹੀਂ ਹੈ ਕਿ ਜਿਹੜੀ ਬਾਣੀ ਚੱਲਦੀ ਸੀਗੀ ਉਹ ਸਾਡੀ ਨਹੀਂ ਹੈ ਮਤਲਬ ਉਹ ਸਾਰਿਆਂ ਦੀ ਸਾਂਝੀ ਹੈ ਅਸੀਂ ਵੀ ਉਹਨੂੰ ਸੁਣਨਾ ਪਸੰਦ ਕਰਦੇ ਹਾਂ ਫੇਰ ਉਹ ਕਹਿੰਦਾ ਜਦੋਂ ਮੈਂ ਪੰਜਾਬ ਆਇਆ ਉਹਦੇ ਲਈ ਮੈਂ ਇੱਕ ਕੈਸਟ ਰਿਕਾਰਡ ਕਰਾਈ ਉਦੋਂ ਸੀ ਡੀਜ਼ ਵਗੈਰਾ ਨਹੀਂ ਚੱਲਦੀਆਂ ਸੀਗੀਆਂ ਕੰਪਿਊਟਰ ਨਹੀਂ ਚੱਲਦੇ ਸੀਗੇ ਫੇਰ ਉਹਨੂੰ ਮੈਂ ਇੱਕ ਸੀ ਡੀ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਤੇ ਜਪਜੀ ਸਾਹਿਬ ਦਾ ਪਾਠ ਜਿਹੜਾ ਰਿਕਾਰਡ ਕਰਾ ਕੇ ਦਿੱਤਾ ਤੇ ਫਿਰ ਉਹ ਆਪਣੇ ਘਰ ਉੱਚੀ ਬਾਤ ਚ ਚਲਾਉਂਦਾ ਰਿਹਾ ਔਰ ਅਸੀਂ ਕਈ ਸਾਲ ਉਹਨੂੰ ਅਸੀਂ ਜਿਹੜਾ ਉਹ ਸੁਣਦੇ ਰਹੇ ਆਂ ਤੇ ਅੱਗੋ ਸੁਣੋ ਸੁਖਬੀਰ ਬਾਦਲ ਜੀ ਜੋ ਨੇ ਕਿਹਾ ਜੋ ਮੈਂ ਤੁਹਾਨੂੰ ਸੰਬੋਧਨ ਹੋ ਕੇ ਕਹਿਣਾ ਚਾਹਨਾ ਉਹ ਕਹਿੰਦਾ ਮੈਂ ਦਸਾਂ 12 ਸਾਲਾਂ ਤੋਂ ਫੇਸਬੁੱਕ ਦੇ ਉੱਤੇ ਲਗਾਤਾਰ ਗੁਰਬਾਣੀ ਬਾਰੇ ਗੁਰੂ ਘਰਾਂ ਬਾਰੇ ਹਰਮੰਦਰ ਸਾਹਿਬ ਬਾਰੇ ਜਿਹੜਾ ਉਹ ਲਿਖਦਾ ਆ ਰਿਹਾ ਵਾਂ ਜੋ ਜੋ ਵੀ ਉੱਥੇ ਹੁੰਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਬਾਣੀ ਪੜ੍ਹੀ ਜਾਂਦੀ ਹੈ ਮੈਂ ਸਾਰਾ ਕੁਝ ਉਹਦੇ ਤੇ ਲਿਖਦਾ ਪਰ ਮੈਨੂੰ ਦੁੱਖ ਬੜਾ ਲੱਗਦਾ ਹੁਣ ਮੇਰੀ ਪੋਸਟਿੰਗ ਅਮਰਸਾਰਾ ਮੈਂ ਦਿੱਲੀ ਮਤਲਬ ਦਰਬਾਰ ਸਾਹਿਬ ਜਾਣਾ ਵਾ ਗੁਰੂ ਘਰ ਨਾ ਮੈਂ ਜੁੜਿਆ ਵਾ ਤੇ ਕਹਿੰਦਾ ਮੈਨੂੰ ਦੁੱਖ ਇਸ ਗੱਲ ਦਾ ਲੱਗਦਾ ਕਿ ਜੋ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਚੱਲਦਾ ਉਹ ਪੀਟੀਸੀ ਦੇ ਉੱਤੇ ਚੱਲਦਾ ਜਦੋਂ ਮੈਂ ਡਾਊਨਲੋਡ ਕਰਕੇ ਆਪਣੇ ਪੇਜ ਦੇ ਉੱਤੇ ਪਾਉਣਾ ਵਾ ਤੇ ਕਦੀ ਮੇਰੀ ਵੀਡੀਓ ਬਲੌਕ ਕਰ ਦਿੱਤੀ ਜਾਂਦੀ ਹੈ ਕਦੀ ਉਹਦੀ ਆਡੀਓ ਬਲੌਕ ਕਰ ਦਿੱਤੀ ਜਾਂਦੀ ਹੈ ਕਦੀ ਮੇਰਾ ਫੇਸਬੁੱਕ ਪੇਜ ਹੀ ਬਲੌਕ ਕਰ ਦਿੱਤਾ ਜਾਂਦਾ ਉਹਦੇ ਉੱਤੇ ਲਿਖਿਆ ਆ ਜਾਂਦਾ ਬਿਲੋਂਗ ਟੂ ਸਮਵਨ ਐਲਸ ਵੀ ਇਹ ਪੀਟੀਸੀ ਨਾਲ ਜਾਂ ਕਿਸੇ ਹੋਰ ਨਾਲ ਜੁੜਿਆ ਇਦੇ ਲਈ ਤੁਸੀਂ ਅਪੀਲ ਕਰ ਸਕਦੇ ਹੋ ਫੇਸਬੁੱਕ ਨੂੰ ਕਹਿੰਦਾ ਜਦੋਂ ਮੈਂ ਅਪੀਲ ਕਰਦਾ ਕਿ ਬਾਣੀ ਸਾਰਿਆਂ ਦੀ ਸਾਂਝੀ ਆ ਉਹ ਪੀਟੀਸੀ ਦੀ ਨਹੀਂ ਹੈ ਮੇਰੀ ਉਹ ਅਪੀਲ ਵੀ ਜਿਹੜੀ ਰਿਜੈਕਟ ਕਰ ਦਿੱਤੀ ਜਾਂਦੀ ਹੈ ਲਿਖਿਆ ਆਉਂਦਾ ਕਿ ਜੇ ਤੁਹਾਡੇ ਕੋਲ ਲੀਗਲ ਰਾਈਟ ਹੈਗੇ ਤੇ ਤੁਸੀਂ ਉਹਨੂੰ ਚਲਾ ਸਕਦੇ ਹੋ ਆ ਸਾਰੇ ਉਹਨੂੰ ਨੋਟੀਫਿਕੇਸ਼ਨ ਉਹਦੇ ਵਿੱਚ ਆਉਂਦੇ ਨੇ ਇਸ ਤਰੀਕੇ ਜਿਹੜਾ ਬਾਣੀ ਦੇ ਉੱਤੇ ਕਬਜ਼ਾ ਕੀਤਾ ਗਿਆ ਹੁਣ ਮੈਂ ਤੈਨੂੰ ਕਹਿਣ ਲੱਗਾ ਮਤਲਬ ਲੋਕਾਂ ਦੀਆਂ ਭਾਵਨਾਵਾਂ ਆਤ ਹੁੰਦੀਆਂ ਨੇ ਸੁਖਬੀਰ ਬਾਦਲ ਇਹਦੇ ਨਾਲ ਮੈਂ ਤੈਨੂੰ ਪੁੱਛਣਾ ਚਾਹੁੰਨਾ ਤੈਨੂੰ ਕਹਿਣਾ ਚਾਹੁੰਨਾ ਸੁਖਬੀਰ ਬਾਦਲ ਹਰ ਮਹੀਨੇ ਤੁਸੀਂ ਦਰਬਾਰ ਸਾਹਿਬ ਆਉਂਦੇ ਹੋ ਕੀ ਤੇਰਾ ਦਰਬਾਰ ਸਾਹਿਬ ਆਉਣ ਦਾ ਫਾਇਦਾ ਕੀ ਤੇਰੇ ਨੱਕ ਰਗਣ ਦਾ ਪਰਿਵਾਰ ਸਮੇਤ ਉੱਥੇ ਫਾਇਦਾ ਜੇ ਤੂੰ ਸੰਗਤ ਦੀਆਂ ਭਾਵਨਾਵਾਂ ਨੂੰ ਹੀ ਨਹੀਂ ਸਮਝ ਸਕਦਾ ਗੁਰੂ ਦੀ ਸਿੱਖਿਆ ਦੇ ਉੱਤੇ ਹੀ ਨਹੀਂ ਚੱਲ ਸਕਦਾ ਵੀ ਬਾਣੀ ਤੇ ਵੰਡਣ ਵਾਲੀ ਚੀਜ਼ ਹੈ ਘਰ-ਘਰ ਦੇ ਵਿੱਚ ਬਾਣੀ ਦਾ ਘਰ-ਘਰ ਦੇ ਵਿੱਚ ਪ੍ਰਚਾਰ ਵੀ ਹੋਣਾ ਚਾਹੀਦਾ ਤੇ ਪ੍ਰਸਾਰ ਵੀ ਹੋਣਾ ਚਾਹੀਦਾ ਵਾ ਤੇਰੇ ਲਈ ਤੇ ਆ ਗੱਲਾਂ ਬਾਬੇ ਬੁੱਲੇ ਸ਼ਾਹ ਦੀਆਂ ਬਿਲਕੁਲ ਢੋਕਦੀਆਂ ਵੀ ਇੰਨੇ ਪਾਪ ਨਾ ਕਰ ਤੇ ਐਨਾ ਨਕਲੀ ਮੱਥਾ ਨਾ ਟੇਕ ਵੀ ਪੜੀ ਨਮਾਜ਼ ਤੇ ਲਿਹਾਜ਼ ਨਾ ਸਿੱਖਿਆ ਤੇਰੀਆਂ ਕਿਸ ਕੰਮ ਪੜੀਆਂ ਨਮਾਜ਼ਾਂ ਨਾ ਘਰ ਡੱਠਾ ਨਾ ਘਰ ਵਾਲਾ ਡੱਠਾ ਤੇਰੀਆਂ ਕਿਸ ਕੰਮ ਦਿੱਤੀਆਂ ਨਿਆਜ਼ਾਂ ilm ਪੜਿਆ ਤੇ ਅਮਲ ਨਾ ਕੀਤਾ ਤੇਰੀਆਂ ਕਿਸ ਕੰਮ ਕੀਤੀਆਂ ਵਾਦਾਂ ਬੁੱਲੇ ਸ਼ਾ ਪਤਾ ਫੇਰ ਲੱਗ ਸੀ ਜਦੋਂ ਚਿੜੀ ਫਸੀ ਹੱਥ ਬਾਜਾਂ ਅਜੇ ਤੇਰਾ ਹਸ਼ਰ ਹੋਰ ਮਾੜਾ ਹੋਣਾ ਜੇ ਤੂੰ ਇੰਨਾਂ ਚੀਜ਼ਾਂ ਤੋਂ ਨਾ ਹਟਿਆ ਰਿਹਾਈ ਤੇ ਆਪਾਂ ਰੋਜ਼ ਸ਼੍ਰੋਮਣੀ ਕਮੇਟੀ ਨੂੰ ਵੀ ਭੇਜ ਦਿੰਨੇ ਆ ਤੇ ਆਪਾਂ ਵੀ ਧਰਨੇ ਲਾਉਂਦੇ ਫਿਰਦੇ ਆ ਰਿਹਾਈ ਤੇ ਆਪਾਂ ਬੰਦੀ ਸਿੰਘਾਂ ਦੀ ਮੰਗ ਕਰਦੇ ਆ ਵੀ ਬੰਦੀ ਸਿੰਘ ਰਿਹਾਨੇ ਚਾਹੀਦੇ ਆ ਬੰਦੀ ਸਿੰਘ ਤਾਂ ਦੂਰ ਆਪਾਂ ਤੇ ਬਾਣੀ ਵੀ ਕੈਦ ਕਰਕੇ ਰੱਖ ਲਈ ਯਾਰ ਬਾਣੀ ਵੀ ਤੁਹਾਡੀ ਮਰਜ਼ੀ ਤੋਂ ਬਿਨਾ ਕੋ ਸੁਣ ਨਹੀਂ ਸਕਦਾ ਕੋ ਆਪਣੇ ਪੇਜ ਦੇ ਉੱਤੇ ਕੋ ਚਲਾ ਨਹੀਂ ਸਕਦਾ ਉਹਨੂੰ ਵੀ ਮੈਂ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਬਾਣੀ ਨੂੰ ਤੁਸੀਂ ਇਸ ਤਰੀਕੇ ਤੁਸੀਂ ਕੈਦ ਕੀਤਾ ਵੀ ਉਹਨੂੰ ਕੋਈ ਫਲਾ ਹੀ ਨਹੀਂ ਸਕਦਾ ਉਹਦਾ ਪ੍ਰਸਾਰ ਹੀ ਨਹੀਂ ਕਰ ਸਕਦਾ 2007 ਦੇ ਵਿੱਚ ਤੂੰ ਪੀਟੀਸੀ ਚੈਨਲ ਬਣਾਇਆ ਸੀਗਾ ਜਦੋਂ ਤੇਰੀ ਨਵੀਂ ਨਵੀਂ ਸਰਕਾਰ ਬਣੀ ਸੀ 2007 ਦੇ ਵਿੱਚ ਉਦੋਂ ਦਾ ਤੂੰ ਬਾਣੀ ਦੇ ਉੱਤੇ ਪੂਰਨ ਤੌਰ ਦੇ ਉੱਤੇ ਕਬਜ਼ਾ ਕਰ ਲਿਆ ਤੇਰੀਆਂ ਇਹਨਾਂ ਹਰਕਤਾਂ ਕਰਕੇ ਤੇਰੀ ਇੰਨੀ ਜ਼ਿਆਦਾ ਜਿਹੜੀ ਦੁਰਗਤ ਹੋਈ ਆ ਕਿ ਲੋਕ ਤੈਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਆਪਣੇ ਨਾਲ ਨਾਲ ਤੂੰ ਆਪਣੇ ਪਿਓ ਦੀ ਪਤ ਵੀ ਰੋਲੀ ਉਹਦਾ ਇੰਨਾ ਲੰਮਾ ਜਿਹੜਾ ਸਿਆਸੀ ਜੀਵਨ ਸੀਗਾ ਉਹਨੂੰ ਵੀ ਤੂੰ ਰੋਲ ਕੇ ਰੱਖ ਦਿੱਤਾ ਸਵਾਏ ਪੈਸੇ ਤੋਂ ਮੈਂ ਤੈਨੂੰ ਪੁੱਛਦਾ ਸੁਖਬੀਰ ਬਾਦਲ ਸਵਾਏ ਪੈਸੇ ਤੋਂ ਤੂੰ ਕਮਾਇਆ ਕੀ ਆ ਪੈਸਾ ਤੇ ਕੰਜਰਾ ਕੋਲ ਵੀ ਬੜਾ ਹੁੰਦਾ ਵਾ ਪਰ ਮੈਂ ਫਿਰ ਤੈਨੂੰ ਕਹਿੰਦਾ ਤੇਰੇ ਨਾਲੋਂ ਤਾਂ ਫਿਰ ਕੰਜਰ ਵੀ ਚੰਗੇ ਆ ਜੇ ਤੂੰ ਬਾਣੀ ਦੇ ਉੱਤੇ ਕਬਜ਼ਾ ਕੀਤਾ ਵਾ ਆਪਣੇ ਆਪ ਕੋਲੋਂ ਪੁੱਛ ਕੇ ਵੇਖ ਆਪਣੇ ਅੰਦਰ ਛਾਤੀ ਮਾਰ ਕੇ ਵੇਖ ਕਿ ਲੋਕ ਤੇਰੀ ਇੱਜ਼ਤ ਕਰਦੇ ਆ ਤੈਨੂੰ ਅਜੇ ਵੀ ਚਾਣਣ ਨਹੀਂ ਹੋਇਆ ਮੈਂ ਤੈਨੂੰ ਫਿਰ ਕਹਿੰਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਜਨਤਾ ਨੂੰ ਕਹਿੰਦਾ ਇਹ ਜਿੰਨਾ ਮਰਜ਼ੀ ਗੁੱਸਾ ਕਰੀ ਜਾਵੇ ਕਿ ਤੇਰੇ ਨਾਲੋਂ ਤੇ ਕੰਜਰ ਵੀ ਚੰਗੇ ਆ ਜੇ ਕਿਤੇ ਉਹ ਵੀ ਕਿਤੇ ਗੁਰੂ ਘਰ ਜਾਂਦੇ ਆ ਮੱਥਾ ਟੇਕਦੇ ਆ ਤੇ ਨੀਤ ਨਾਲ ਟੇਕਦੇ ਆ ਕਿ ਹਾਜ਼ ਨਮਾਜ਼ਾਂ ਹਾਜ ਜਨਮਾਜ਼ਾਂ ਕਿਸ ਕੰਮ ਆਈਆਂ ਰੰਗ ਰਹੇ ਜੇ ਕੱਚੇ ਤੈ ਤੋ ਚੰਗੀ ਕੰਜਰੀ ਬੁੱਲਿਆ ਧੁਰੰਦਰੋ ਜੋ ਨੱਚੇ ਜੇ ਉੱਥੇ ਜਾਣਾ ਤੇ ਉੱਥੇ ਹੀ ਨੀਤਨਾ ਮੱਥਾ ਟੇਕਲਾ ਉੱਥੇ ਸੰਗਤ ਦੀਆਂ ਭਾਵਨਾਵਾਂ ਅਕਸਰ ਕਿਹਾ ਜਾਂਦਾ ਕਿ ਸੰਗਤ ਦੇ ਵਿੱਚ ਰੱਬ ਵੱਸਦਾ ਵਾ ਸੰਗਤ ਰੱਬ ਰੂਪ ਹੁੰਦੀ ਆ ਸੰਗਤ ਤੇ ਚਾਹੁੰਦੀ ਆ ਵੀ ਬਾਣੀ ਫ੍ਰੀ ਕਰੋ ਅਸੀਂ ਘਰ ਘਰ ਦੇ ਵਿੱਚ ਚਲਾਈਏ ਮਤਲਬ ਇਹਨੂੰ ਆਪਣੇ ਅੱਜ ਕੱਲ ਸਾਡੇ ਕੋਲ ਸਾਧਨ ਹੀ ਨਹੀਂ ਬਚੇ ਆ ਪ੍ਰਚਾਰ ਕਰਨ ਲਈ ਫੇਸਬੁੱਕ YouTube Instagram ਉਹਦੇ ਉੱਤੇ ਚਲਾਈਏ ਸਾਰਾ ਕੁਝ ਤੇ ਉਹਦੇ ਉੱਤੇ ਵੀ ਤੁਸੀਂ ਕੈਦ ਜਿਹੜੀ ਬਣਾ ਕੇ ਰੱਖੀ ਆ ਮੈਂ ਤੈਨੂੰ ਇੱਕ ਸਲਾਹ ਦੇਣ ਲੱਗਾ ਸੁਖਬੀਰ ਬਾਦਲ ਮੰਨਣੀ ਨਹੀਂ ਮੰਨਣੀ ਉਹ ਤੁਹਾਡਾ ਕੰਮ ਹੈ ਨਹੀਂ ਤੇ ਅੱਗੋਂ ਅੱਗੋਂ ਵੇਖੋ ਤੁਹਾਡਾ ਬਣਦਾ ਕੀ ਹੈ ਵੀ ਐਨੇ ਮੱਥੇ ਤੂੰ ਟੇਕਦਾ ਇੰਨਾ ਤੂੰ ਸ਼ੋਅ ਕਰਦਾ ਵੀ ਮੈਂ ਗੁਰੂ ਘਰ ਦੇ ਵਿੱਚ ਆਉਣਾ ਵਾ ਬਾਣੀ ਦੇ ਉੱਤੇ ਕਬਜ਼ਾ ਛੱਡ ਕੇ ਵੇਖ ਸ਼ਾਇਦ ਰੱਬ ਤੈਨੂੰ ਭਾਗ ਲਾਵੇ ਤੇਰੇ ਕੀਤੇ ਜਿਹੜੇ ਪਾਪ ਆ ਉਹ ਮਾਫ਼ ਕਰੇ ਲੋਕ ਦੁਬਾਰਾ ਤੈਨੂੰ ਮੂੰਹ ਲਾਉਣਾ ਸ਼ੁਰੂ ਹੋ ਜਾਣ ਨਹੀਂ ਤੇ ਜਿੰਨੇ ਮਰਜੀ ਬਾਬੇ ਤੇ ਹਾਲਾ ਜਿੰਨੇ ਮਰਜੀ ਮਾਤਾ ਦੇ ਉੱਤੇ ਮੱਥਾ ਟੇਕਿਆ ਜਾ ਕੇ ਸਾਰੇ ਗੁਰੂ ਇੱਕ ਹੀ ਨੇ ਸਾਰੇ ਦੇਵੀ ਦੇਵਤੇ ਇੱਕ ਹੀ ਆ ਕਿਸੇ ਨੇ ਤੇਰਾ ਭਲਾ ਨਹੀਂ ਕਰਨਾ ਜਿੰਨਾ ਚਿਰ ਤੇਰੀ ਨੀਤ ਸਾਫ਼ ਨਹੀਂ ਹੁੰਦੀ ਜਿੰਨਾ ਚਿਰ ਤੂੰ ਨੀਤੋਂ ਕਿਸੇ ਨੂੰ ਨਹੀਂ ਧਿਆਉਂਦਾ ਕਹਿੰਦੇ ਆ ਨਾ ਕੇ ਸਰ ਹੋ ਸਜਦੇਵੇਂ ਔਰ ਦਿਲ ਮੇ ਦਗਾਬਾਜ਼ੀ ਹੋ ਐਸੇ ਸਜਦੋਂ ਸੇ ਭਲਾ ਕੈਸੇ ਖੁਦਾ ਰਾਜੀ ਹੋ ਆਪਣਾ ਦਿਲ ਸਾਫ ਕਰ ਆਪਣੀ ਨੀਤ ਸਾਫ ਕਰ ਇਹੋ ਜੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰ ਜਿਹੜੇ ਬਾਣੀ ਨਾਲ ਜੁੜੇ ਔਰ ਜਿਹੜੇ ਬਾਣੀ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ ਤੁਸੀਂ ਦਰਬਾਰ ਸਾਹਿਬ ਨੂੰ ਆਪਣੀ ਜਗੀਰ ਸਮਝ ਲਿਆ ਅਸਲ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਇੱਕ ਸਟੋਡੀਅਨ ਹੈ ਤੁਸੀਂ ਉਹਦੇ ਉੱਤੇ ਕਬਜ਼ਾ ਸਮਝ ਕੇ ਤੇ ਆਪਣੀ ਰਿਆਸਤ ਸਮਝ ਲਿਆ ਲੋਕਾਂ ਦੀਆਂ ਭਾਵਨਾਵਾਂ ਇਹ ਸ਼ਰਦਾ ਦਾ ਤੁਸੀਂ ਲੋਕ ਇੰਨਾ ਸ਼ੋਸ਼ਣ ਕਰਦੇ ਹੋ ਜਿਹਦੀਆਂ ਕਈ ਮਸਾਲਾ ਮਿਲਦੀਆਂ ਕਿ ਕਿਸੇ ਦੇ ਮਾਂ-ਬਾਪ ਸਮੇਂ ਚਾਹੇ ਮੇਰੇ ਹੋਣ ਚਾਹੇ ਕਿਸੇ ਦੇ ਵੀ ਹੋਣ ਕਿਤੇ ਦੂਰ ਆਈਸੀਯੂ ਦੇ ਵਿੱਚ ਪਏ ਹੋਣ ਨਾ ਤੇ ਉਹਨਾਂ ਦੀ ਆਖਰੀ ਇੱਛਾ ਹੋਵੇ ਉਹ ਮਰਨ ਵਾਲੇ ਹੋਣ ਉਹਨਾਂ ਦੀ ਆਖਰੀ ਇੱਛਾ ਹੋਵੇ ਕਿ ਸਾਨੂੰ ਦਰਬਾਰ ਸਾਹਿਬ ਦੇ ਅੰਦਰ ਜਾਂ ਕਿਸੇ ਗੁਰਦੁਆਰੇ ਦੇ ਅੰਦਰ ਇਤਹਾਸਕਦੇ ਸਾਨੂੰ ਲਾਈਵ ਅੰਦਰ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਾ ਦਿਓ ਤੇ ਉਹ ਵੀ ਆਪਣੀ ਆਖਰੀ ਇੱਛਾ ਪੂਰੀ ਨਹੀਂ ਕਰ ਸਕਦੇ ਉੱਥੇ ਤੁਹਾਡਾ ਵਪਾਰ ਚੱਲਦਾ ਬਾਣੀ ਦੇ ਸਿਰ ਤੇ ਤੇ ਤੁਸੀਂ ਬਹਾਨਾ ਕੀ ਬਣਾਉਦੇ ਹੋ ਕਿ ਡਿਸਟਰਬੈਂਸ ਹੋ ਸਕਦੀ ਹੈ ਅੰਦਰ ਮੈਂ ਮੰਨ ਲਿਆ ਅੰਦਰ ਡਿਸਟਰਬੈਂਸ ਹੁੰਦੀ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਣਾਵਾ ਪਰ ਜਦੋਂ ਤੁਸੀਂ ਬਾਣੀ ਆਪਣੇ ਚੈਨਲ ਦੇ ਉੱਤੇ ਚਲਾ ਦਿੱਤੀ ਉਹਦੇ ਤੋਂ ਬਾਅਦਾਂ ਜੇ ਕੋਈ ਡਾਊਨਲੋਡ ਕਰਕੇ ਆਪਣੇ ਪੇਜ ਦੇ ਉੱਤੇ ਪਾਵੇ ਆਪਣੇ ਸੋਸ਼ਲ ਸਾਈਟ ਦੇ ਉੱਤੇ ਪਾਵੇ ਉਹਦੇ ਨਾਲ ਕੀ ਡਿਸਟਰਬੈਂਸ ਆ ਯਾਰ ਕਿਉਂ ਐਵੇਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਆ ਸਬੂਤ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਕਿ ਇੱਕ ਪੀਸੀਐਸ ਅਫਸਰ ਹੈ ਤੇ ਉਹ ਜੂਝ ਰਿਹਾ ਵੀ ਯਾਰ ਮਤਲਬ ਆ ਆ ਬਾਣੀ ਦਾ ਇਹ ਹਾਲ ਕੀਤਾ ਕਿਸੇ ਦਾ ਕੋਈ ਵਾਸ ਨਹੀਂ ਚੱਲਦਾ ਇੰਨੀ ਵਾਰ ਇਹ ਮੁੱਦਾ ਚੁੱਕਿਆ ਗਿਆ ਇੰਨੀ ਵਾਰ ਇਹ ਮੁੱਦਾ ਉੱਠਿਆ ਤੇਰਾ ਜਦੋਂ ਆ ਜਿਹੜਾ ਸੀਏ ਸੀਓ ਤੇਰਾ ਤਨਖਾਹ ਲੈਂਦਾ ਤੇਰੇ ਚੈਨਲ ਤੋਂ ਸਾਰੀ ਦੁਨੀਆ ਨੂੰ ਪਤਾ ਕਿ ਪੀਟੀਸੀ ਦਾ ਮਾਲਕ ਤੂੰ ਆ ਪਿੱਛੇ ਜੇ ਭਾਈ ਪਰਮਜੀਤ ਸਿੰਘ ਗਾਜੀ ਹੋਣਾ ਸਾਰੀ ਡਿਟੇਲ ਕਰ ਦਿੱਤੀ ਸੀਗੀ ਜਿਹੜੀ ਮਾਲਕੀ ਤੇਰੇ ਆਰਬਿਟ ਤੱਕ ਜਾਂਦੀ ਸੀਗੀ ਗੁਰਵਾਜ ਤੋਂ ਲੈ ਕੇ ਆਰਬਿਟ ਤੱਕ ਸਾਰੀ ਉਹਨਾਂ ਡਿਟੇਲ ਦੱਸੀ ਜਦਾ ਸੀਓ ਤੂੰ ਰੱਖਿਆ ਉਹਦਾ ਮੁੱਦਾ ਏਡਾ ਵੱਡਾ ਉੱਠਿਆ ਜਿਹੜਾ ਤੇਰੇ ਪੀਟੀਸੀ ਦਾ ਸੀਓ ਆ ਜਦੋਂ ਉਹਦੇ ਉੱਤੇ ਬੱਚਿਆਂ ਦੇ ਸ਼ੋਸ਼ਣ ਕਰਨ ਦਾ ਇੱਕ ਪਰਚਾ ਦਰਜ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਦੋਂ ਇੱਕ ਕਿੰਨਾ ਵੱਡਾ ਮੁੱਦਾ ਉੱਠਿਆ ਵੀ ਇਹ ਪੀਟੀਸੀ ਤੋਂ ਬਾਣੀ ਹਟਕੇ ਹੋਰ ਚੈਨਲ ਨੂੰ ਜਾਂ ਇਹਦਾ ਸਿੱਧਾ ਪ੍ਰਸਾਰਣ ਕੀਤਾ ਜਾਣਾ ਚਾਹੀਦਾ ਵਾ ਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਇੱਕਪੜਾ ਬਿਆਨ ਦਿੱਤਾ ਔਰ ਹੁਕਮ ਜਾਰੀ ਕੀਤਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਸ਼੍ਰੋਮਣੀ ਕਮੇਟੀ ਆਪਣਾ YouTube ਚੈਨਲ ਜਾਰੀ ਕਰੇ ਉਸ ਤੋਂ ਬਾਅਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁਣਾਂ ਦਾ ਬਿਆਨ ਆਉਂਦਾ ਕਿ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਇੱਕ ਹਫਤੇ ਦੇ ਵਿੱਚ ਵਿੱਚ ਇਹ ਜਿਹੜਾ ਇਹ ਚੈਨਲ ਆ ਜਾਂ ਜੋ ਵੀ ਇਹਨੂੰ ਚਾਲੂ ਕਰ ਦਿੱਤਾ ਜਾਊਗਾ ਬਾਣੀ YouTube ਦੇ ਉੱਤੇ ਚੱਲਣੀ ਸ਼ੁਰੂ ਹੋ ਜਾਊਗੀ ਤੇ ਫੇਰ ਤੇਰਾ ਜਿਹੜਾ ਦਬਕਾ ਵਾ ਉਹ ਜਥੇਦਾਰ ਸਾਹਿਬ ਨੂੰ ਵੀ ਵਾਅਦਾ ਅਤੇ ਪ੍ਰਧਾਨ ਸਾਹਿਬ ਨੂੰ ਵੀ ਵਾਅਦਾ ਦਾ ਤੂੰ ਉਹ ਸਾਰੇ ਚੁੱਪ ਕਰ ਜਾਂਦੇ ਆ ਵੀ ਗੁਰੂ ਘਰ ਨਾਲੋਂ ਵੀ ਤੂੰ ਵੱਡਾ ਤੂੰ ਬਾਣੀ ਨਾਲੋਂ ਵੀ ਵੱਡਾ ਤੇਰੇ ਕੋਲੋਂ ਡਰਦੇ ਨੇ ਤੇ ਤੇਰੀਆਂ ਉਂਗਲਾਂ ਦੇ ਉੱਤੇ ਨੱਚਦੇ ਨੇ ਤੂੰ ਤਾਂ ਦੂਰ ਤੂੰ ਤੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਉਹ ਕਿੰਨਾ ਪੀਟੀਸੀ ਚੈਨਲ ਦੇ ਵਿਰੁੱਧ ਬੋਲਦੇ ਰਹੇ ਉਹਨਾਂ ਨੇ ਪਿੱਛੇ ਦੇ ਆਫਰ ਕੀਤੀ ਕਿ ਸਰਕਾਰ ਪੈਸਾ ਲਾਉਣ ਲਈ ਤਿਆਰ ਹੈ ਬਾਣੀ ਦਾ ਪ੍ਰਸਾਰਣ ਕਰ ਲਈ ਜੇ ਸ਼੍ਰੋਮਣੀ ਕਮੇਟੀ ਚੈਨਲ ਬਣਾਉਣਾ ਚਾਹੁੰਦੀ ਆ ਤੇ ਅਸੀਂ ਪੈਸੇ ਦੇਣ ਨੂੰ ਤਿਆਰ ਆ ਅੱਜਕੱਲ ਨਾ ਤੇ ਉਹ ਪੀਟੀਸੀ ਦੇ ਖਿਲਾਫ ਬੋਲਦੇ ਆ ਨਾ ਹੀ ਉਹ ਜਿਹੜਾ ਪੈਸਾ ਰਿਲੀਜ਼ ਹੋਣਾ ਸੀਗਾ ਜਾਂ ਜਾਂ ਜੋ ਕੋਈ ਸੰਧੀ ਹੋਣੀ ਸੀਗੀ ਚਲਾਉਣ ਵਾਲੀ ਕਿ ਇਥੋਂ ਚੈਨਲ ਜਿਹੜਾ ਸਰਕਾਰੀ ਤੌਰ ਤੇ ਜਾਂ ਸੰਘਤ ਦੇ ਤੌਰ ਤੇ ਚਲਾਇਆ ਜਾਊਗਾ ਭਗਵੰਤ ਮਾਨ ਹਣੀ ਵੀ ਚੁੱਪ ਕਰ ਜਾਂਦੇ ਉਹਦਾ ਕਾਰਨ ਕੀ ਹੈ ਜਥੇਦਾਰ ਸਾਹਿਬ ਨਾ ਕਮਰਾ ਬੰਦ ਮੀਟਿੰਗ ਹੁੰਦੀ ਆ ਤੂੰ ਜਥੇਦਾਰ ਸਾਹਿਬ ਨੂੰ ਹੁਕਮ ਛੜਦਾ ਨਾ ਸੁਖਵੀਰ ਬਾਦਲ ਤੇ ਉਹ ਭਗਵੰਤ ਮਾਨ ਨਾਲ ਕਮਰਾ ਬੰਦ ਮੀਟਿੰਗ ਕਰਦੇ ਨੇ ਉਸ ਤੋਂ ਬਾਅਦ ਆ ਮਾਨ ਸਾਹਿਬ ਚੁੱਪ ਹੋ ਜਾਂਦੇ ਆ ਨਾ ਪੀਟੀਸੀ ਤੇ ਕੋ ਐਕਸ਼ਨ ਹੁੰਦਾ ਤੇ ਨਾ ਬਾਣੀ ਦਾ ਪ੍ਰਸਾਰ ਜਿਹੜਾ ਮਤਲਬ ਉਹ ਉਹ ਰਿਲੀਜ਼ ਹੁੰਦਾ ਆਮ ਚੈਨਲਾਂ ਦੇ ਉੱਤੇ ਜਾਂ YouTube ਦੇ ਉੱਤੇ ਮੈਂ ਭਗਵੰਤ ਮਾਨ ਨੂੰ ਵੀ ਪੁੱਛਣਾ ਚਾਹੁੰਨਾ ਕਿ ਕੀ ਐਡਾ ਦਬਾਅ ਬਣ ਗਿਆ ਭਗਵੰਤ ਮਾਨ ਜੀ ਆਪਾਂ ਪੀਟੀਸੀ ਦੇ ਖਿਲਾਫ ਹੀ ਬੋਲਣਾ ਸ਼ੁਰੂ ਹਟ ਕੇ ਬੋਲਣੋ ਕੀ ਇੰਨੀ ਸੈਟਿੰਗ ਆਪਣੀ ਹੋ ਗਈ ਉਹਨਾਂ ਦੇ ਨਾਲ ਹੌਲੀ ਹੌਲੀ ਇਹ ਨੇੜਤਾ ਕੁਝ ਵੱਧ ਹੀ ਨਹੀਂ ਜਾਂਦੀ ਇੰਨਾ ਚੀਜ਼ਾਂ ਦੇਖੀਰ ਲੋਕਾਂ ਨੇ ਤੁਹਾਡੇ ਕੋਲੋਂ ਜਵਾਬ ਮੰਗਣੇ ਨੇ ਕਿ ਇਹ ਜਿਹੜੇ ਮੁੱਦੇ ਬਾਕੀ ਤਾਂ ਤੁਸੀਂ ਬੰਦੇ ਫੜ ਰਹੇ ਹੋ ਮੈਂ ਤੁਹਾਡੀ ਸਰਾਹਨਾ ਕਰਦਾ ਕਿ ਜਿਹੜੇ ਤੁਸੀਂ ਕਰਪਸ਼ਨ ਦੇ ਵਿੱਚ ਬੰਦੇ ਫੜ ਰਹੇ ਹੋ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਅਜੇ ਛੋਟੀਆਂ ਮੱਛੀਆਂ ਫੜੀਆਂ ਵੱਡੀਆਂ ਮੱਛੀਆਂ ਵੀ ਫੜਨ ਦੀ ਮਤਲਬ ਲੋ ਜ਼ਰੂਰਤ ਹੈ ਪਰ ਗੁਰੂ ਘਰ ਬਾਣੀ ਜਿੱਥੋਂ ਸਾਰੇ ਹੀ ਸੇਧ ਲੈਂਦੇ ਆ ਆਪਾਂ ਉਹਨੂੰ ਤੇ ਪਹਿਲਾਂ ਯਾਦ ਕਰਾ ਲਈਏ ਕਿ ਆਪਾਂ ਵੀ ਇਹਨਾਂ ਨਾਲ ਸੈਟਿੰਗ ਕਰਨ ਵਾਲੇ ਪਾਸੇ ਤੁਰ ਪਿਆ ਮੈਂ ਤੁਹਾਡੇ ਬਾਰੇ ਵੀ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਕਿ ਇਹ ਬੰਦ ਕਰਾਣੇ ਆਏ تھے ਤਵਾਇਫੋ ਕੇ ਕੋਠੇ ਮਗਰ ਸੇਕ ਕੋ ਕੀ ਖਨਕ ਦੇ ਕੇ ਖੁਦ ਹੀ ਮੁਜਰਾ ਕਰ ਬੈਠੇ ਜਿਵੇਂ ਕੈਪਟਨ ਇਹਨਾਂ ਨੂੰ ਗਾਲਾਂ ਕੱਢਦਾ ਰਿਹਾ ਮੁੜ ਕੇ ਰਾਜਪਾਲਕ ਚ ਬਹਿ ਗਿਆ ਉਸ ਤੋਂ ਬਾਅਦ ਉਹ ਇਹਨਾਂ ਨਾਲ ਰੜ ਗਿਆ ਉਹ ਹਾਲਾਤ ਆਪਾਂ ਨਾ ਬਣਾਈਏ ਮੈਂ ਤੁਹਾਡੇ ਉੱਤੇ ਬਿਲਕੁਲ ਸ਼ੱਕ ਸ਼ੁਭਾ ਨਹੀਂ ਕਰਦਾ ਵੀ ਤੁਸੀਂ ਇਹਨਾਂ ਨੂੰ ਕਰਪਸ਼ਨ ਚ ਛੱਡੋਗੇ ਪਰ ਇਹਨਾਂ ਚੀਜ਼ਾਂ ਦੇ ਉੱਤੇ ਵੀ ਜਥੇਦਾਰ ਦੇ ਦਬਾਅ ਠਾਕੇ ਇਹਨਾਂ ਚੀਜ਼ਾਂ ਦੇ ਵਿੱਚ ਆਪਣਾ ਅਕਸ ਨਾ ਤੁਸੀਂ ਖਰਾਬ ਕਰੋ ਆਪਣਾ ਸਖਤ ਸਟੈਂਡ ਉਹ ਹੀ ਜਾਰੀ ਰੱਖੋ ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਮੈਂ ਜਥੇਦਾਰ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਇਹਦਾ ਚੈਨਲ ਜਿਹੜਾ ਸਖਤੀ ਨਾਲ ਸਟੈਂਡ ਲਓ ਲੋਕੀ ਤੁਹਾਡੇ ਉੱਤੇ ਵਿਸ਼ਵਾਸ ਵੀ ਕਰਨਗੇ ਤੇ ਤੁਹਾਡੀ ਸਰਾਹਨਾ ਵੀ ਕਰਨਗੇ ਕਈ ਚੈਨਲ ਤੁਹਾਡੀ ਬਾਣੀ ਜਿਹੜੀ ਉਹ ਫ੍ਰੀ ਗੁਰੂ ਘਰ ਦੀ ਬਾਣੀ ਫ੍ਰੀ ਚਲਾਉਣ ਨੂੰ ਤਿਆਰ ਹੋਏ ਸੀਗੇ ਪਰ ਤੁਸੀਂ ਮੰਨੇ ਹੀ ਨਹੀਂ ਕਿਉਂਕਿ ਤੁਸੀਂ ਤੇ ਇਹਨੂੰ ਸੁਖਬੀਰ ਬਾਦਲ ਦੇ ਰਾਈ ਬਾਣੀ ਨੂੰ ਵੇਚਣਾ ਚਾਹੁੰਦੇ ਹੋ ਤੁਹਾਡਾ ਟੀਚਾ ਜਿਹੜਾ ਵਾ ਉਹ ਧਰਮ ਤੇ ਧਰਮ ਦਾ ਬਾਣੀ ਦਾ ਪ੍ਰਸਾਰ ਤੇ ਪ੍ਰਚਾਰ ਕਰਨਾ ਨਹੀਂ ਹੈ ਤੁਹਾਡਾ ਟੀਚਾ ਇੱਕੋ ਹੀ ਹੈ ਦੋਵਾਂ ਦਾ ਰਲ ਕੇ ਜਥੇਦਾਰ ਸਾਹਿਬ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਦਾ ਜਾਂ ਜਿੰਨੇ ਵੀ ਮੈਂਬਰ ਆ ਕਿ ਸੁਖਬੀਰ ਬਾਦਲ ਨੂੰ ਕਮਾਈ ਕਰਾਉਣੀ ਹੈ ਤੇ ਮੈਂ ਤੁਹਾਨੂੰ ਸਲਾਹ ਦਿੰਦਾ ਇੱਕ ਕਿ ਬਾਹਰ ਇੱਕ ਪਰਚੀ ਵੀ ਲਾ ਦਿਓ 50-50 ਰੁਪਈਆ ਦੀ ਵੀ ਜਿੰਨੇ ਗੁਰੂ ਘਰ ਜਾਣਾ ਪਹਿਲਾਂ ਸੁਖਬੀਰ ਬਾਦਲ ਦੇ ਨਾਮ ਦੀ ਪਰਚੀ ਕੱਟੀ ਜਾਊਗੀ ਤੇ ਫਿਰ ਉਹਨੂੰ ਅੰਦਰ ਜਾਣ ਦਿੱਤਾ ਜਾਊਗਾ ਐਸਜੀਪੀਸੀ ਨੇ ਜਦੋਂ ਆ ਬਾਣੀ ਵਾਲਾ ਮਸਲਾ ਉੱਠਿਆ ਕਹਿੰਦੇ ਜੀ ਖਰਚਾ ਵੜਾਉਣਾ 300 ਕਰੋੜ ਰੁਪਇਆ ਦੇ ਤੇ ਲੱਗ ਜਾਣਾ ਲੋਕਾਂ ਨੂੰ ਕਿਉਂ ਮੂਰਖ ਬਣਾਉਦੇ ਹੋ YouTube ਚੈਨਲ ਜਾਰੀ ਕਰੋ ਤੁਹਾਡਾ 50 ਲੱਖ ਲੱਗੇ ਤੁਹਾਡਾ ਕਰੋੜ ਲੱਗੇ ਤੁਹਾਡਾ 2 ਕਰੋੜ ਲੱਗੇ ਸਰਕਾਰ ਤੁਹਾਨੂੰ ਪੈਸੇ ਦੇਣ ਲਈ ਤਿਆਰ ਸੀਗੀ ਨਵੀਂ ਸਰਕਾਰ ਦਿੰਦੀ ਮੈਂ ਝੋਲੀ ਅੱਡ ਕੇ ਸੰਗਤ ਕੋਲੋਂ ਪੈਸੇ ਲੈ ਕੇ ਤੁਹਾਨੂੰ ਦੇਣ ਨੂੰ ਤਿਆਰ ਆ ਸਿੱਧੇ ਤੁਹਾਡੇ ਜਿੱਥੇ ਵੀ ਜਿੱਥੋਂ ਜਿੱਥੋਂ ਤੁਸੀਂ ਚੀਜ਼ਾਂ ਖਰੀਦਣੀਆਂ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਜਾਣਗੇ ਤੁਸੀਂ ਲੋਕ ਦਰਬਾਰ ਸਾਹਿਬ ਦੇ ਨਾਂ ਦੇ ਉੱਤੇ ਗੁਰੂ ਘਰਾਂ ਦੇ ਨਾਂ ਦੇ ਉੱਤੇ ਮੰਦਰਾਂ ਦੇ ਨਾਂ ਦੇ ਉੱਤੇ ਆਪਨ ਆਪ ਨਿਸ਼ਾਵਰ ਕਰਨ ਲਈ ਤਿਆਰ ਰਹਿੰਦੇ ਆ ਫਿਰ ਪੈਸਾ ਕੀ ਚੀਜ਼ ਹੈ ਨੀਤੀ ਇਹ ਹੈ ਸਖਬੀਰ ਬਾਦਲ ਪੀਟੀਸੀ ਤੇ ਜ਼ਬਰਦਸਤੀ ਲੋਕਾਂ ਨੂੰ ਵਿਖਾਇਆ ਵੀ ਜਾਂਦਾ ਜਿੰਨੂੰ ਲੋਕ ਵੇਖਣਾ ਪਸੰਦ ਨਹੀਂ ਕਰਦੇ ਬਾਣੀ ਦੀ ਯਾਰ ਦੇ ਵਿੱਚ ਵਿਖਾਇਆ ਜਾਂਦਾ ਔਰ ਉਹਨੂੰ ਰੱਜ ਕੇ ਜਿਹੜੀ ਕਮਾਈ ਵੀ ਕਰਾਈ ਜਾਂਦੀ ਆ ਤੁਸੀਂ ਵੈਬ ਚੈਨਲ ਬਣਾਓ ਆਪਣਾ ਜਿਵੇਂ ਜਥੇਦਾਰ ਸਾਹਿਬ ਨੇ ਦਲੇਰੀ ਕਰਕੇ ਉਦੋਂ ਕਿਹਾ ਸੀ ਮੈਨੂੰ ਨਹੀਂ ਪਤਾ ਵੀ ਫਿਰ ਕਿਹੜੀ ਗੱਲੋਂ ਡਰ ਗਏ ਜਾਂ ਕਿਹੜੀ ਗੱਲੋਂ ਨਾ ਬੈਕਸਟੈਪ ਲੈ ਲਿਆ ਕਿ ਵੈਬ ਚੈਨਲ ਜਿਹੜਾ ਜਾਰੀ ਕੀਤਾ ਜਾਊਗਾ YouTube ਦੇ ਉੱਤੇ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਸਭ ਦੇ ਉੱਤੇ ਬਾਣੀ ਦਾ ਪ੍ਰਸਾਰਨ ਹੋਣਾ ਚਾਹੀਦਾ ਵਾ ਪ੍ਰਸਾਰ ਹੋਣਾ ਚਾਹੀਦਾ ਵਾ ਨਾਲ ਤੁਸੀਂ ਕੰਡੀਸ਼ਨਲੀ ਕਰ ਦਿਓ ਉਹਦੇ ਉੱਤੇ ਸ਼ਰਤ ਲਾ ਦਿਓ ਕਿ ਇਹਦੇ ਉੱਤੇ ਕੋਈ ਐਡ ਨਹੀਂ ਚਲਾਊਗਾ ਇਹਦੇ ਤੋਂ ਕੋਈ ਕਮਾਈ ਨਹੀਂ ਕਰੂਗਾ ਇਹਨੂੰ ਕੋਈ ਤਰੋੜ ਮਰੋੜ ਕੇ ਪੇਸ਼ ਨਹੀਂ ਕਰੂਗਾ ਉਹਦੇ ਖਿਲਾਫ ਸਖਤ ਕਾਨੂੰਨ ਬਣਵਾ ਲਓ ਸਰਕਾਰ ਕੋਲੋਂ ਤੁਸੀਂ ਬਸ ਬਾਣੀ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਉਹ ਇਹਦੇ ਉੱਤੇ ਹੋਊਗਾ ਇਹਦੇ ਨਾਲ ਹੋਰ ਕੁਝ ਇਹਦੇ ਉੱਤੇ ਕੋਈ ਕਮਾਈ ਦਾ ਸਾਧਨ ਨਹੀਂ ਬਣਾਇਆ ਜਾਊਗਾ ਤੇ ਲੋਕ ਤੁਹਾਡੇ ਨਾਲ ਵੀ ਜੁੜਨਗੇ ਤੁਹਾਡੇ ਪ੍ਰਤੀ ਵਿਸ਼ਵਾਸ ਵੀ ਪੈਦਾ ਹੋਊਗਾ ਤੇ ਧਰਮ ਦੇ ਨਾਲ ਵੀ ਲੋਕ ਜੁੜਨਗੇ ਲੋਕ ਸਿੱਖੀ ਵੱਲ ਵੀ ਜੁੜਨਗੇ ਬਾਣੀ ਤੇ ਲੰਗਰ ਵਾਂਗ ਫ੍ਰੀ ਹੋਣੀ ਚਾਹੀਦੀ ਸੀਗੀ ਇਹ ਤੇ ਘਰ ਘਰ ਦੇ ਵਿੱਚ ਵੰਡਣੀ ਚਾਹੀਦੀ ਸੀ ਜਿਵੇਂ ਤੁਸੀਂ ਧਰਮ ਪ੍ਰਚਾਰ ਕਮੇਟੀ ਨਾਂ ਦੀ ਬਣਾਈ ਆ ਤੇ ਕਰਨਾ ਕੁਝ ਵੀ ਨਹੀਂ ਇਸ ਤਰੀਕੇ ਬਾਣੀ ਦਾ ਪ੍ਰਚਾਰ ਜੇ ਕੀਤਾ ਜਾਵੇ ਤੇ ਲੋਕ ਜੁੜਨਗੇ ਜਿੱਦਾਂ ਮੈਂ ਸਿੰਧੀ ਟੱਬਰ ਦੀ ਤੁਹਾਨੂੰ ਮਿਸਾਲ ਦਿੱਤੀ ਆ ਦੁਨੀਆ ਭਰ ਦੇ ਲੋਕ ਯਾਰ ਜੁੜਨਾ ਚਾਹੁੰਦੇ ਆ ਆਪਣਾ ਤੁਸੀਂ ਇਹ ਲੋਕਾਂ ਦੀ ਲੋੜ ਨੂੰ ਲੋਕਾਂ ਦੀਆਂ ਫੀਲਿੰਗਸ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਸਹੀ ਸੋ ਮੈਂ ਖੀਰ ਦੇ ਵਿੱਚ ਸੁਖਬੀਰ ਬਾਦਲ ਨੂੰ ਵੀ ਬੇਨਤੀ ਕਰਨ ਲੱਗਾ ਭਰਾਵਾ ਮੈਂ ਤੇਰੇ ਅੱਗੇ ਝੋਲੀ ਾੜ ਕੇ ਭੀਖ ਮੰਗ ਲੈਣਾ ਮੈਂ ਜ਼ਿੰਦਗੀ ਚ ਡਰਦਾ ਨਹੀਂ ਕਿਸੇ ਕੋ ਤੇਰੀ ਮੈਂ ਜੇ ਤੂੰ ਇਹ ਬਾਣੀ ਨੂੰ ਫ੍ਰੀ ਕਰੇਂਗਾ ਤੇ ਮੈਂ ਤੇਰੇ ਸੋਲੇ ਵੀ ਗਾਉਂਗਾ ਪਰ ਮੇਰੀ ਇੱਕ ਗੱਲ ਯਾਦ ਰੱਖੀਏ ਬਾਣੀ ਦੇ ਉੱਤੇ ਰੋਕ ਟੋਕ ਬੰਦ ਕਰ ਇੱਜ਼ਤ ਮਾਨਣਾ ਬੰਦ ਕਰਦੇ ਲੋਕਾਂ ਫਰੀ ਤਰਕੋ ਕਰਾ ਲੈਣੀ ਆ ਮਤਲਬ ਬਾਣੀ ਯਾਦ ਕਰਾ ਲੈਣੀ ਆ ਜਦੋਂ ਜਦੋਂ ਇਹ ਮਹਿਮ ਵੱਡੀ ਚੱਲਣੀ ਆ ਤੇ ਜੇ ਤੂੰ ਇੱਜ਼ਤ ਮਾਨ ਨਾਲ ਨਹੀਂ ਇਹਦੇ ਤੋਂ ਆਪਣਾ ਕਬਜ਼ਾ ਟਾਏਗਾ ਤੇ ਇੱਕ ਗੱਲ ਮੇਰੀ ਯਾਦ ਰੱਖੀ ਜੋ ਅਸ਼ਰ ਤੁਹਾਡਾ ਲੋਕਾਂ ਨੇ ਕਰ ਦਿੱਤਾ ਤੇਰਾ ਮੁੱਖ ਮੰਤਰੀ ਬਣਨ ਦਾ ਸੁਪਨਾ ਤੇ ਦੂਰ ਤੇਰੀਆਂ ਕਈ ਪੁਸ਼ਤਾਂ ਤੱਕ ਕਿਸੇ ਨੇ ਐਮਐਲਏ ਵੀ ਨਹੀਂ ਬਣਨਾ ਮੇਰੀ ਇਹ ਗੱਲ ਯਾਦ ਰੱਖੀ ਸੋ ਗੁਰੂ ਘਰਾਂ ਨੂੰ ਯਾਦ ਕਰੋ ਗੁਰੂ ਘਰ ਦੀ ਬਾਣੀ ਨੂੰ ਯਾਦ ਕਰੋ ਮੈਂ ਤੈਨੂੰ ਅਖੀਰਲੀਆ ਅਖੀਰੇ ਦੋ ਲੈਣਾ ਬੋਲ ਕੇ ਸਮਾਪਤੀ ਕਰਨ ਲੱਗਾ ਸੁਖਬੀਰ ਬਾਦਲ ਇਹਦੇ ਤੇ ਗੌਰ ਕਰੀ ਆਪਣਾ ਜਿਹੜਾ ਤੇਰਾ ਹਸ਼ਰ ਹੋਇਆ ਉਹਦੇ ਤੇ ਵਿਚਾਰ ਕਰੀ ਵੀ ਤੂੰ ਕੀਤਾ ਕੀ ਸਾਨੂੰ ਪੈਸਾ ਖਾਦਾ ਉਹਦੇ ਨਾਲੋਂ ਆਹ ਜ਼ਿਆਦਾ ਚੁਬਦਾ ਜਿਹੜਾ ਤੂੰ ਗੁਰੂ ਘਰਾਂ ਤੇ ਕਬਜ਼ਾ ਕੀਤਾ ਜਿਹੜੀ ਤੂੰ ਬਾਣੀ ਦੇ ਉੱਤੇ ਕਬਜ਼ਾ ਕਰ ਲਿਆ ਆਪਣਾ ਮੈਂ ਖੀਰ ਚ ਦੋ ਲੈਣਾ ਤੈਨੂੰ ਕਹਿ ਕੇ ਸਮਾਪਤੀ ਕਰੂੰਗਾ ਵੀ ਪ੍ਰਮਾਤਮਾ ਤੈਨੂੰ ਹੋਸ਼ ਤੇ ਸਮੱਤ ਬਖਸ਼ੇ ਆਪਣੀ ਰਜਾ ਨਾਲ ਚੱਲਣ ਦੀ ਤੈਨੂੰ ਸਮੱਤ ਬਖਸ਼ੇ ਕਿ ਸੁਖਬੀਰ ਬਾਦਲ ਬਾਬਾ ਬੁੱਲੇ ਸ਼ਾਹ ਲਿਖਦੇ ਆ ਕਿ ਬੁੱਲਿਆ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਧੋਵੇਂਗਾ ਫਿਰ ਰੋਵੇਂਗਾ